हां जी बीजी सारे सत श्रीकाल जी, संदीप डेयरी फार्म तुहाड़ा बहुत बहुत वेलकम है जी। अज अपने विजिट हैगी है जी पिंड बैड़वाल जी, जिला तरन तरन पैंदा, सील भी तरन तरन पैंदी है जी। अज फिर आप बाई दलेरे नूं आ चुके जी, आपां इहनां वीर अगे वीडियो बनाई है जी। आपां अज दो गावां सेल आई जिन्हां विच इक जर्सी इक रोस, तां वीर ने गलबात करिए इहनां प्राइस की आ ते की मिल के रिकॉर्ड आ। उस तों पहले वीर जी एक रिक्वेस्ट हुंदी हर वार, इत्थे आ के दो टाइम चवाई जरूर करो, पास करो, पूरी तसली ना खरीदो, ठीक है ना वीर जी। ये अपना हक बनता चवाई करने का, पास करने का, क्योंकि पैसे लाने हैं। बस वार बार यही बेनती होंगी है वीर जी, इतने चवाई जरूर करो, ना वीडियो वो शेयर कर दिया करो। चलो गांव भी किसी वीर का फायदा हो सके। हूँ आप बाई जी ने गलबात करिए। हाँ जी बाई जी, सत श्रीकाल जी। वाहेगुरू जी का खालसा, वाहेगुरू जी की फतेह। ਹੋਰ ਬਾਜੀ ਕਿੱਦਾਂ ਜੀ? ਬਹੁਤ ਵਧੀਆ, ਕਿਰਪਾ ਗੁਰੂ ਸਾਹਿਬ ਦੀ ਦਇਆ ਜੀ। ਵੇਖਿਆ ਮਾਲ ਜੀ ਪਿੱਛਾ? ਹਾਂਜੀ ਵੇਖਿਆ ਵੇਖਿਆ, ਉਦਣ ਹੀ ਵੇਖਿਆ ਜੀ। ਠੀਕ ਠੀਕ ਹੈ ਜੀ। ਹਾਂ ਮਾਲ ਭਾਣਾ। ਹਾਂਜੀ ਹਾਂਜੀ, ਤੇ ਦੋਵੇਂ ਡੰਗਰ ਦੁੱਧ ਵਾਲੇ। ਠੀਕ ਹੈ ਜੀ, ਠੀਕ ਹੈ ਜੀ। ਤੇ ਤੁਹਾਡੀ ਵੀ ਇਹੋ ਬੇਨਤੀ ਤੇ ਸਾਡੀ ਵੀ ਇਹੋ ਬੇਨਤੀ, ਜੋ ਵੀਰ ਭਰਾਵਿਆਂ ਦਾ ਇੱਥੇ ਆਓ, ਆਪਣੀ ਤਸੱਲੀ ਕਰੋ। ਬਿਲਕੁਲ ਬਾਜੀ, ਦੋ ਟਾਈਮ ਚੋ ਕੇ ਖੜੋ ਤਸੱਲੀ ਨਾਲ। ਬਿਲਕੁਲ ਬਾਜੀ, ਪੈਸੇ ਦੇਣੇ ਆ ਮਗਰੋਂ ਕਿਸੇ ਨੂੰ ਦਿੱਕਤ ਨਾ ਆਵੇ। ਬਿਲਕੁਲ, ਤੁਸੀਂ ਵਾਰ ਵਾਰ ਇਹੋ ਆਉਂਦੇ ਜੇ, ਮੈਂ ਵੀ ਇਹੋ ਆਉਣਾ। ਬਿਲਕੁਲ ਬਾਜੀ, ਬਿਲਕੁਲ, ਕਿਹਦੇ ਘਰੇ ਜਾਣ ਦੀ ਕੋਈ ਗਰੰਟੀ ਨਹੀਂ। ਹਾਂਜੀ ਹਾਂਜੀ ਹਾਂਜੀ, ਕਿਉਂ ਜੀ ਇੱਥੇ ਆਓ, ਤਸੱਲੀ ਕਰੋ, ਜਿਹੜਾ ਸੋਇਆ ਉਹਨੂੰ ਚੋ ਕੇ ਲੈ ਕੇ ਜਾਓ, ਜਿਹੜਾ ਗੱਬਰ ਉਹਨੂੰ ਪਾਸ ਕਰਕੇ ਤਿੱਪ ਕੇ ਲੈ ਕੇ ਜਾਓ। ਬਿਲਕੁਲ ਜੀ, ਬਿਲਕੁਲ, ਠੀਕ ਹੈ ਜੀ। ਇਹ ਦੋਵੇਂ ਸੂਈਆਂ ਚੋ ਕੇ, ਚਲੋ ਇਹਦੇ ਬਾਰੇ ਦੱਸੋ ਬਾਜੀ। ਇਹ ਜਰਸੀ ਹੈ ਜੀ, ਪਹਿਲੇ ਦੂਏ ਪਲੂਨ ਦੱਸਿਆ ਜੀ। ਅੱਛਾ ਪਹਿਲਾ ਸੂਆ? ਹਾਂਜੀ, ਸੂਈ ਹੈ ਜੀ। ਆ ਤੀਜਾ ਦਿਨ ਹੋ ਗਿਆ ਇਹਨੂੰ ਸੂਈ ਨੂੰ। ਹਾਂਜੀ, ਤੇ ਵੱਛੀ ਇਹਦੇ ਮਗਰ ਆ, ਵੱਛੀ ਮਗਰ ਆ। ਹਾਂਜੀ, ਵਾਹ ਜੀ ਵਾਹ। ਤੇ ਖੋਲੋ ਬਾਜੀ, ਮੈਂ ਦਿਖਾਈਏ ਜੀ। ਦੇਖੋ ਜੀ, ਪਹਿਲਾ ਸੂਆ ਪਿਓਰ ਜਰਸੀ ਵਿੱਚ ਜੀ। ਆ ਦੇਖੋ, ਇੱਕ ਮਿੰਟ ਖੜੋ ਜੀ, ਫੇਰ ਦਿਖਾਓ ਪਹਿਲਾਂ। ਆ ਦੇਖੋ ਪਿਓਰ ਜਰਸੀ, ਫੇਰ ਦੇਖੋ ਜੀ। ਤੇ ਜਾਂਦਾ ਵੀ ਜੀ ਇਹ ਜੀ? ਨਹੀਂ ਵੇਖੀ ਨਹੀਂ। ਮਾੜਾ ਚੈੱਕ ਕਰੋ, ਜਵਾਨ ਹੋ ਗਈ ਹੈ ਜੀ, ਛਿੱਕੀ ਹੋ ਗਈ। ਹਾਂ ਜਵਾਨ ਹੋ ਗਈ, ਆ ਜੀ ਛੇ ਦਿਨ ਹੋ ਚੁੱਕੇ ਜੀ। ਆ ਦੇਖੋ ਬਰੀਡ ਬਹੁਤ ਰਹਿ ਗਈ ਹੈ, ਹੋ ਸਕਦੀ ਹੈ ਹਾਂਜੀ। ਉਹਨਾਂ ਮੈਨੂੰ ਪਹਿਲਾਂ ਕਿ ਦੂਜਾ ਸੂਆ ਵੀ ਹੋ। ਹਾਂ ਬਿਲਕੁਲ ਜੀ, ਬਿਲਕੁਲ। ਆ ਦੇਖੋ ਜੀ, ਆ ਦੇ ਤੇ ਚੁਆਈ ਠੀਕ ਹੈ ਬਾਈ ਜੀ? ਬਿਲਕੁਲ ਬਿਲਕੁਲ, ਐ ਮੋਗੇਰ ਕੀ ਮੋਗੇਰ ਕੀ ਜਾ। ਚਲੋ ਲੈ ਚਲੋ, ਉੱਥੇ ਵੱਛੀ ਮਗਰਾਂ ਦੇ ਵੱਛੀ ਵੱਛੀ ਡਬਲ ਫਾਇਦਾ ਜੀ। ਵੇਖੋ ਬੈੜ ਬਹੁਤ ਸੋਹਣੀ ਹੈ ਜੀ। ਆ ਦੇਖੋ ਤੇ ਥਾਨ ਦੀ ਕੁਆਲਿਟੀ ਦੇਖੋ ਜੀ। ਆ ਦੇਖੋ, ਪੰਜਾਬ ਦੀ ਚੱਲਦੀ ਹੈ। ਆ ਦੇਖੋ ਜੀ, ਆ ਦੇਖੋ ਮੇਰੇ ਵੀਰ, ਆ ਦੇਖੋ ਜੀ ਥਾਨ, ਦੇਖੋ ਜੀ ਕਿੰਨਾ ਸੋਹਣਾ ਲੱਗਾ। ਹਾਂਜੀ ਵੀਰ ਜੀ, ਵੱਛੀ ਲਾ ਕੇ ਵਿਖਾ ਕੇ ਮੜੀ ਵਿਖਾ ਲਓ, ਵਿਖਾ ਲਓ। ਆ ਜਾਓ ਆ ਜਾਓ, ਆ ਦੇਖੋ ਜੀ, ਦੇਖੋ ਬੱਚੀ ਪਿੱਛੇ ਬਹੁਤ ਸੋਹਣੀ ਹੈਗੀ ਜੀ। ਤੇ ਲਈ ਬਾਈ ਜੀ ਇੱਥੋਂ ਬਾਹਰੋਂ ਲੈ ਜਾਂਦੀ ਕਿਤੋਂ? ਨਹੀਂ ਇਹ ਆਪਾਂ ਉਪਾਰੋਂ ਲਿਆਂਦੀ ਆ। ਹਾਂਜੀ ਉਧਰੋਂ, ਠੀਕ ਆ। ਹਾਂ ਉਧਰੋਂ ਲਿਆਂਦੀ ਬਸ, ਠੀਕ ਆ। ਚੁਆਈ ਫਿਰ ਕਿੰਨੇ ਵਜੇ ਕਰ ਲੈਣੇ ਸੋ ਬਾਈ? ਬਾਈ 6 ਵਜੇ ਆਪਾਂ ਸੰਦੀਪ ਸਾਹਿਬ ਵੀਰ ਕੀਤੀ। 6 ਵਜੇ 2 ਵੱਜ ਚੁੱਕੇ ਜੀ। ਆ ਤੇ ਅਜੇਜਮੈਂਟ ਆਦੀ ਲਾ ਲਓ। ਬਿਲਕੁਲ ਜੀ, ਇੰਨਾ ਟਾਈਮ ਪਿਆ ਤੇ ਹੁਣ ਜੈਸੀਪੀ ਰੱਖੇ ਆ ਬਾਜੀ ਕਿ ਨਹੀਂ? ਜੈਸੀਪੀ ਰੱਖੀ ਆ। ਅੱਛਾ ਜੀ, ਤੇ ਪਿੱਛੇ ਬੰਦ ਕਰਦੇ ਸੀ ਕੰਮ ਨੇ, ਕੰਮ ਬੰਦ ਕਰਦੇ ਬਿਠੇ, ਕੰਮ ਬੰਦ ਆ। ਇੱਕ ਵੀਰ ਕਮੈਂਟ ਕਰਦਾ ਆ ਕਿ ਹੁਣੀ ਨੇ ਵੀਰ ਕੋ ਪਾਉਣੀ। ਅੱਛਾ, ਕੀ ਇਹ ਨੇ ਠੱਗੀ ਮਾਰੀ ਮੇਰੇ ਨਾਲ? ਹਾਂਜੀ ਮਾਂ, ਤੇਰੇ ਠੱਗੀ ਨਾਲ ਮਾਰੀ ਜਿਹੜੀ ਮੈਨੂੰ ਠੱਗੀਆਂ ਵਾਈ ਦੀਆਂ, ਮੈਂ ਦੱਸ ਕਿਨੂੰ ਆਖਾਂ? ਹਾਂਜੀ ਹਾਂਜੀ, ਮੈਂ ਉਧਰੋਂ ਰਸਤਾ ਨੂੰ ਮਾਲ ਲਿਆਉਣਾ ਨਾ ਪਹਿਲੋਂ। ਅੱਛਾ ਜੀ, ਤੇ ਮੈਂ ਵਾਰਾ ਛੱਡੀਆਂ ਗਾਈ ਵੀ ਚੁੱਦੋ। ਅੱਛਾ ਜੀ, ਉਹਨਾਂ ਮੈਨੂੰ 15-15 ਕਿਲੋ ਦੁੱਧ ਦੱਸਿਆ। ਹਾਂਜੀ ਹਾਂਜੀ, ਉਹਨਾਂ ਹੈਂਡੀਕੈਟਰ ਬੰਦੇ ਸੀ ਸ਼ਹਿਰ ਦੇ ਬਟਾਲੇ ਦੇ, ਮੈਂ ਉਹਨਾਂ ਦਿੱਤੀ, ਉਹਨਾਂ ਕੋਲ ਜਾ ਕੇ ਦੁੱਧ ਹੀ ਨਹੀਂ ਕੱਢਿਆ ਨਾ। ਹਾਂਜੀ 2 ਕਿਲੋ ਬੋਲਾ ਜੋ ਕੇ ਖੜਿਆ ਜਿਹੜਾ। ਹਾਂਜੀ, ਤੇ ਮੈਂ ਵਾਪਸ ਕਰਕੇ ਤੇ ਉਹ ਰੱਸਾ ਲਾਇਆ ਬਾਰਾ। ਹਾਂਜੀ, ਮੈਂ ਕਿਹਨੂੰ ਲਾਮਾ ਦਵਾਂ? ਠੀਕ ਆ, ਠੀਕ ਆ ਜੀ। ਹਾਂਜੀ ਹਾਂਜੀ, ਦੋ ਫੇਟੀਆਂ ਵੱਜੀਆਂ। ਬਿਲਕੁਲ ਬਾਜੀ, ਉਹਦੇ ਵਿੱਚੋਂ ਇੱਕ ਅੱਧੀ ਮਾੜੀ ਵੀ ਪੈ ਸਕਦੀ ਹੈ। ਪੈ ਜਾਂਦੀ ਬਾਜੀ, ਪੈ ਜਾਂਦੀ ਹੈ, ਪੈ ਜਾਂਦੀ। ਤੇ ਬਾਕੀ ਹੁਣ ਆਪਦੀ ਤਸੱਲੀ ਕਰ, ਚੋਵੇ ਖੜ। ਠੀਕ ਹੈ ਜੀ, ਆ ਦੇਖੋ ਜੀ, ਆ ਦੇਖੋ, ਆ ਦੇਖੋ ਜੀ, ਥਾਣ ਕਿੱਦਾਂ ਸੋਹਣਾ ਬਣ ਗਿਆ। ਲਿਆਓ ਬਾਜੀ, ਮਾਰੋ ਤਾਰਾ। ਆ ਗਈ, ਆ ਦੇਖੋ ਜੀ, ਚੁਆਈ ਕਰ ਲਈਆਂ ਦਲੇਰ ਸਿੰਘ ਜੀ, ਬੱਦਰਪੁਰੀ ਵਾਲੇ, ਜੀਸੀਪੀ ਵਾਲੇ। ਜੀਸੀਪੀ ਹੁਣ ਟਰੈਕਟਰ ਲਏ ਆ। ਅੱਛਾ ਜੀ, ਆਪੇ ਟਰੈਕਟਰ ਘਰੇ ਖੜੇ ਹੋਏ ਸਰ। ਆ ਦੇਖੋ ਚੁਆਈ, ਬਸ ਠੀਕ ਹੈ, ਮਾਰੋ ਤੁਸੀਂ। ਆ ਜੀ, ਬਸ ਬਸ ਕਰੋ, ਬਸ ਕਰੋ। ਹਾਂਜੀ ਫਿਰ ਮੁੱਲ ਲਗਾ ਤੂੰ ਭਾਵੇਂ ਸੰਦੀਪ ਵੀਰ ਦੀ 40 ਕਰੀਏ। ਹਾਂਜੀ 35 ਵੀ ਦੇ ਦੇਈਏ।
चलो आज उधर आज ये सूगा कि बाल्टी कर लो ने बंद हो जिन्हू भी आ गई बस मोबाइल लाला घर के पशु किन्ने रखे भाजी फिर अपने पशु थोड़ा बन गया बहुत सोनी धार आई जी देखो बाकी नलके चली गए कर दो बंद कर दो नलका बंद नलका कर दिए बंद कर दे आ देखो जी हाँ जी कीमत दे दे ओ ही आ मंगे नो 40 मंगी रे हाँ जी 35 दी दे रहा बहुत सोने पशु है रेट भी बिलकुल जायज है बार बार वैसे यही रिक्वेस्ट होंगी बार बार चुवाई जरूर करो पास कर लैके जाओ वेखो भी जी बाद किसी लंबा देना या मेनू तुसीं देना इनका मतलब यही है कि तुसीं चुवाई जरूर करो तो पास कर लैके जाओ बाकी ਠੀਕ ਹੈ ਜੀ।